ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਖੜੇ ਹਾਂ ਦੋਸਤੋ ਪਿੰਡ ਘੜਕਾ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਅੰਮ੍ਰਿਤ ਕੋਲ ਆਏ ਹਾਂ ਦੋਸਤੋ। ਪਸ਼ੂ ਵਪਾਰ ਦਾ ਕੰਮ ਆ ਵੀਰ ਦਾ, ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੂਟੀਨ ਦੇ ਵਿੱਚ ਇਸ ਘਰ। ਅੱਜ ਤਕਰੀਬਨ ਤੁਹਾਨੂੰ ਟੋਟਲ ਜਿਹੜੇ ਦੋਸਤੋ 6 ਨਗ ਦਿਖਾਵਾਂਗੇ, 4 ਵਹਿੜਾਂ ਅਤੇ 2 ਮੱਝਾਂ ਝੋਟੀਆਂ, ਠੀਕ ਹੈ ਜੀ। ਇੱਕ ਝੋਟੀ ਦਿਖਾ ਦਾਂਗੇ, ਇੱਕ ਮੱਝ ਅਤੇ 2 ਵਹਿੜਾਂ ਬਿਲਕੁਲ ਅੱਗੇ ਜਿਹੜੀਆਂ ਦੋਸਤੋ ਗੱਬਣ ਤਿਆਰ ਨੇ, ਸੂਣ ਵਾਲੀਆਂ ਨੇ, ਅਤੇ 2 ਸੂਈਆਂ ਸਵਾਈਆਂ, ਠੀਕ ਆ ਜੀ। ਸੋ ਇਹਨਾਂ ਨਗਾਂ ਦੀ ਡਿਟੇਲ ਆਪਾਂ ਪੂਰੀ ਵੀਰ ਅੰਮ੍ਰਿਤੋਂ ਤੋਂ ਲੈ ਕੇ ਪੂਰੀ ਇਨਫੋਰਮੇਸ਼ਨ, ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਇਕੱਲੇ ਇਕੱਲੇ ਪਸ਼ੂ ਦੀ ਜਾਂ ਇਕੱਲੇ ਇਕੱਲੇ ਨਗ ਦੀ ਡਿਟੇਲ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਸਮਝ ਵਿੱਚ ਆ ਸਕੇ। ਬਾਕੀ ਜਿਹੜਾ ਵੀ ਨਗ ਪਸੰਦ ਆਊਗਾ ਦੋਸਤੋ, 2 ਟਾਈਮ ਚੋ ਕੇ ਤਸੱਲੀ ਜ਼ਰੂਰ ਕਰ ਲਿਓ। ਜਿਹੜਾ ਪਸ਼ੂ ਸੋਇਆ ਸਵਾਇਆ ਦੁੱਧ ਦਿੱਤੇ ਆ, ਅਤੇ ਗੱਭਣ ਪਸ਼ੂ ਆਪਣਾ ਤਿਪ ਕੇ ਚੌਥਣਾ ਦੀ ਪਾਸ ਜ਼ਰੂਰ ਕਰ ਲਿਆ ਕਰੋ, ਠੀਕ ਆ ਜੀ। ਤਰੀਕ ਅੱਜ 16 ਅਪ੍ਰੈਲ, ਸਮਾਂ ਮੋਰਨਿੰਗ ਦੇ ਕੋਈ 9:30 ਵਜੇ ਦਾ। ਆਓ ਕਰਦੇ ਹਾਂ ਸ਼ੁਰੂਆਤ, ਲੈਂਦੇ ਹਾਂ ਡਿਟੇਲ। ਆ ਜਾਓ ਬਾਈ ਅੰਮ੍ਰਿਤ। ਸਭ ਤੋਂ ਪਹਿਲਾਂ ਅੰਮ੍ਰਿਤ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਠੀਕ ਠਾਕ ਜੀ? ਹਾਂਜੀ ਹਾਂਜੀ ਵੀਰ ਜੀ, ਠੀਕ ਹੈ ਜੀ, ਠੀਕ ਆ। ਹੋਰ ਅੰਮ੍ਰਿਤ, ਪਸ਼ੂ ਪਿਛਲੇ ਤਾਂ ਹੋ ਗਏ ਵਿਕੇ ਆਪਣੇ ਸੇਲ? ਹਾਂਜੀ ਹਾਂਜੀ ਵੀਰ ਜੀ, ਠੀਕ। ਅੱਜ ਆਪਣੇ ਕੋਲ ਫਿਰ 6 ਨਾਗ ਆ, 4 ਵਹਿੜਾਂ ਤੇ 2 ਮਹੀਂ। ਹਾਂਜੀ ਹਾਂਜੀ ਵੀਰੇ, ਇੱਕ ਬਿਨ ਬੱਚਿਓ ਝੋਟੀ ਤੇ ਇੱਕ ਤੋਕੜ ਗੱਬਣ, 2 ਮਹੀਨੇ ਆ ਦੀ ਚੈੱਕ ਪਾਸ। ਅੱਛਾ ਜੀ। ਹਾਂਜੀ ਹਾਂਜੀ, 5 ਕਿਲੋ ਦੁੱਧ ਨੀਲੀ ਦਾ ਪੱਖ ਰੱਖਦੀ ਮੈਂ। ਤੋਕੜ ਗੱਬਣ ਵੀ? ਹਾਂਜੀ ਹਾਂਜੀ, ਠੀਕ ਹੈ। ਤੇ 2 ਵੜਾ ਆਪਣੇ ਤੋਂ ਗੱਬਣਾ ਵਾ। ਅੱਛਾ। ਤੇ 2 ਸੂਈਆਂ ਸਵਾਈਆਂ ਉੱਚੇ ਬੱਚੇ ਜਾਂ ਇੱਕ ਸ਼ਾਹੀ ਵਾਲਾ ਵਸ਼ੀ। ਠੀਕ ਹੈ ਜੀ। ਹਾਂਜੀ ਹਾਂਜੀ, ਲਓ ਦੋਸਤੋ ਇਹ ਨਗ ਹੋਣਗੇ, ਠੀਕ ਹੈ ਜੀ। ਇਹ ਨਗਾਂ ਦੀ ਡਿਟੇਲ ਆਪਾਂ ਸਾਂਝੀ ਕਰਦੇ ਚੱਲਾਂਗੇ। ਸ਼ੁਰੂਆਤ ਇਧਰਲੇ ਪਾਸੇ ਅੰਮ੍ਰਿਤ ਆ ਜੀ, ਇਧਰੋਂ ਸ਼ੁਰੂਆਤ ਕਰ ਲੈਂਦੇ ਆ, ਠੀਕ ਹੈ ਜੀ। ਆ ਲਓ ਜੀ, ਸੋ ਪਹਿਲੇ ਨੰਬਰ ਤੋਂ ਇਸ ਝੋਟੀ ਤੋਂ ਸ਼ੁਰੂਆਤ ਕਰਦੇ ਆ। ਤੇ ਅੰਮ੍ਰਿਤ ਇਹਦਾ ਸੂਆ ਦੱਸ ਦੇ ਕਿਨਵਾ ਜੀ? ਸੂਆ ਵੀਰਾ ਪਹਿਲਾ ਨਹੀਂ ਆ, ਪਹਿਲਾ ਦਿਨ ਕਿੰਨੇ ਹੋ ਗਏ ਸੂਈ ਨੂੰ? ਹਾਂਜੀ, ਦਿਨ ਕਿੰਨੇ ਹੋ ਗਏ ਨੂੰ ਇਹਨੂੰ ਸੂਈ ਨੂੰ? ਵੀਰੇ 2-2.5 ਮਹੀਨੇ ਹੋ ਗਏ ਧਾਰਾਂ ਕਰਨ ਦੀ, ਅੱਜ ਕੱਲ ਦੀਆਂ ਬਣ ਜਾਊਗੀ ਆ ਝੋਟੀ, ਬੋਲ ਪੇ ਸਵੇਰੇ ਬੋਲ ਪੇ। ਅੱਛਾ ਅੱਛਾ। ਹਾਂਜੀ, 2-2.5 ਮਹੀਨੇ ਇਹਦੀ ਸੂਈ ਆ? ਹਾਂਜੀ ਹਾਂਜੀ, ਠੀਕ ਹੈ ਜੀ। ਦੁੱਧ ਹੁਣ ਕਿੰਨਾ ਥੱਲੇ ਦੇ? ਇਹਦੇ ਦੋਨੋਂ ਵੀਰੇ 8 ਕਿਲੋ ਜਿਹੜਾ ਚੋਲ ਲੈਣਾ। 8 ਕਿਲੋ ਬਿਨ ਬੱਚੇ ਤੋਂ? ਹਾਂਜੀ ਹਾਂਜੀ, ਦੋਵੇਂ ਟਾਈਮ ਪਹਾੜੇ ਤੇ। ਠੀਕ ਹੈ ਜੀ, ਜਾਓ ਤੋਰ ਲਈਏ। ਲਓ ਵੀ ਦੋਸਤੋ, ਦੋਵੇਂ ਟਾਈਮ ਪਹਾੜੇ ਤੇ ਮਿਲਦੀ ਆ ਬਿਨ ਬੱਚੇ ਤੋਂ, ਠੀਕ ਆ। ਹੀਟ ਹੂਟ ਕੱਢ ਗਈ ਅਗੇ? ਹਾਂਜੀ ਵੀਰ, ਤਾਰਾਂ ਕਰਨ ਦੀ ਅੱਜ ਬਣ ਜੇ, ਸਵੇਰੇ ਬਣ ਜੇ, ਠੀਕ ਪਊਗੀ ਉਦਾਂ ਝੋਟੀ। ਸੋ ਚੋਣ ਚਣ ਚੰਗੀ ਹੈ? ਚੋਣ ਬਹੁਤ ਚੰਗੀ, ਠੀਕ ਹੈ ਜੀ। ਛੇਕ ਦੇ ਆਪਣਾ ਕੰਨੀ ਵਾਲੇ ਬਰਾਬਰ ਨਹੀਂ ਕੀਤੇ ਹੈ? ਹਾਂਜੀ ਹਾਂਜੀ। ਅੰਮ੍ਰਿਤ ਦੁੱਧ 7-8 ਕਿਲੋ ਆ? 8-8 ਵੀਰੇ, 8 ਕਿਲੋ ਆ। ਲਓ ਵੀ 8 ਕਿਲੋ ਦੁੱਧ ਆ ਦੋਸਤੋ ਇਸ ਝੋਟੀ ਦੇ ਥੱਲੇ। 2-2.5 ਮਹੀਨੇ ਦਾ ਸਮਾਂ ਤੁਸੀਂ ਮੰਨ ਸਕਦੇ ਜੇ ਕੱਦ ਵੱਡਾ, ਠੀਕ ਹੈ। ਵੱਡੇ ਕੱਦ ਵਿੱਚ ਆ ਮੂੰਹ ਮੱਥੇ ਦੀ ਸਿੰਗੀ ਸੁੰਗੀ ਛੋਟੀ ਆ ਬਿਲਕੁਲ, ਤੇ ਕੰਨੀ ਵਾਲੇ ਬਰਾਬਰ ਚੱਕਣ ਡਈ ਆ। ਤਾਂ ਵੈਸੇ ਛਿੱਗੀ ਕੋਈ ਮੰਨ ਕੇ ਤੁਸੀਂ ਸੌਦਾ ਕਰ ਸਕਦੇ। ਦੋਵੇਂ ਡੰਗ ਜਿਹੜੀ ਪਹਾੜੇ ਤੇ ਮਿਲਦੀ ਆ। ਠੀਕ ਹੈ ਜੀ। ਲੈ ਵੀ ਅੰਮ੍ਰਿਤ ਇਹਦੀ ਕੀ ਡਿਮਾਂਡ ਕਰਤੀ ਫਿਰ? ਇਹ ਡਿਮਾਂਡ ਵੀਰੇ 60 ਕਰ ਲਈਏ ਭੈਣਾ। ਆਹ ਰਹਿਣ ਕਰ ਲਈਏ, 2-60 ਦੀ ਦੇਣੀ ਆਪਾਂ। 58 ਦੀ? ਹਾਂਜੀ, ਠੀਕ ਹੈ ਜੀ। ਲਓ ਜੀ 58,000 ਦੀ ਇਹ ਤੁਹਾਨੂੰ ਝੋਟੀ ਮਿਲ ਜੂਗੀ, ਠੀਕ ਹੈ। ਸੋ ਇਹ ਜਿਹੜੀ ਦੋਸਤੋ ਹੀਟ ਕੱਢ ਗਈ ਆ ਕਰਮਾਂ ਲਈ, ਠੀਕ ਹੈ ਜੀ। ਏ ਆਈ ਤੇ ਬਿਲਕੁਲ ਅੱਗੇ ਕਾਬਲ ਆ, ਅੱਗੇ ਜਿਹੜੀ ਬਣ ਵੀ ਜਾਊਗੀ, ਠੀਕ ਹੈ ਜੀ। ਜਿਵੇਂ ਤਾਰਾ ਕਰਨ ਦੀ ਵੀਰੇ ਅੱਜ ਭੈਣਾ ਬਣ ਜੇ, ਸਵੇਰੇ ਡਿੰਗਲ ਆਪੇ ਟੀਕਾ ਭਰਨ ਦੇ। ਠੀਕ ਹੈ ਜੀ। ਅੰਮ੍ਰਿਤ ਸੈਕਿੰਡ ਨੰਬਰ ਤੇ ਆ ਜਿਹੜੀ ਆਪਣੇ ਕੋਲ ਆ ਗਈ ਹੈ ਵੀਰੇ, ਇਹ ਤੀਜੇ ਸੂਏ ਲਈ ਗੱਬਣ ਆ ਗਾੜੀ।
ਇਹ ਗੱਭਣ ਚੈੱਕ ਪਾਸ ਆ 2 ਮਹੀਨੇ ਦੀ ਚੈੱਕ ਪਾਸ 5 ਕਿਲੋ ਦੁੱਧ ਹੋਊ ਜਿਹੜਾ 5 ਕਿਲੋ ਦੁੱਧ ਇੱਕ ਟਾਈਮ ਕੇ ਦੋਵੇਂ ਟਾਈਮ ਮਿਲਦੀ ਦੋਵੇਂ ਟਾਈਮ ਵੀਰੇ ਆਪਣੇ ਤੋਂ ਆ ਗਈ ਇੱਥੇ ਟੀਕਾ ਲਿਆ ਇੱਕ ਟਾਈਮ ਪਾੜੇ ਤੇ ਆ ਠੀਕ ਆ ਜੀ ਤੇ ਉੱਥੇ ਦੋਵੇਂ ਟਾਈਮ ਪਾੜੇ ਤੇ ਅੱਛਾ ਹਾਂਜੀ ਲਓ ਦੋਸਤੋ ਨਵੀਂ ਥਾਂ ਤੇ ਆ ਕੇ ਪਸ਼ੂ ਕਈ ਵਾਰਾਂ ਟੀਕਾ ਇੱਕ ਦੋ ਡੰਗ ਲੈ ਸਕਦਾ ਠੀਕ ਆ ਤੇ ਪਿੱਛੋਂ ਬੇਸ਼ੱਕ ਪਾੜੇ ਤੇ ਮਿਲਦੀ ਸੀਗੀ ਨੀਲੀ ਦਾ ਪੱਖ ਰੱਖਦੀ ਆ ਵੇਖ ਲਓ ਠੀਕ ਆ ਤੇ ਨੀਲੀ ਦੀ ਮੱਝ ਆ ਆ ਖੁੱਕ ਬਿੱਲੀ ਆ ਬਾਕੀ ਬੱਗੀ ਮੁੱਛ ਤੇ ਮਗਰਲੇ ਖੁਰ ਵੀ ਧੋਤੇ ਆ ਠੀਕ ਆ ਦੁੱਧ ਆਪਣੇ ਕੋਲ ਵੀ ਇਹਨਾਂ ਰਿਹਾ 5 ਕਿਲੋ ਆ ਗਏ 5 ਕਿਲੋ ਵੀਰੇ 5 ਜੀ ਲਓ ਜੀ ਤਾਂ 5 ਕਿਲੋ ਦੁੱਧ ਦੋਸਤੋ ਇਸ ਮੱਝ ਦੇ ਥੱਲੇ ਜਿਹੜਾ ਬਿਲਕੁਲ ਹਾਜ਼ਰ ਆ ਤੋਕੜ ਗੱਬਣਾ ਠੀਕ ਆ ਜੀ ਤੋਕੜ ਗੱਬਣਾ ਨੀਲੀ ਦੀ ਮੱਝ ਆ ਆ ਖੁੱਕ ਬਿੱਲੀ ਮਨਕਣੀ ਆ ਬੱਗੀ ਮੁੱਛ ਠੀਕ ਆ ਜੀ ਸਿੰਘਾਂ ਦੀ ਤੁਸੀਂ ਵੇਖ ਸਕਦੇ ਜੇ ਗਲਾਈ ਹਾਈਟ ਮੀਡੀਅਮ ਆ ਪਰ ਜਿੰਨੇ ਵੀ ਆ ਕਰਮ ਵਾਲੀ ਚਲੋ ਬਹੁਤ ਵਧੀਆ ਠੀਕ ਆ ਜੀ ਨਾਲੇ ਅੱਗੇ ਆਸ ਠੀਕ ਹੈ ਮਿਲਦੀ ਦੋਵੇਂ ਟਾਈਮ ਪਹਾੜੇ ਤੇ ਕਹਿਤੀ ਹੈ ਹਾਂਜੀ ਵੀਰੇ ਇੱਕ ਟਾਈਮ ਆਪਣੇ ਕੋਲ ਇੱਕ ਟੀਕਾ ਲਿਆ ਇੱਕ ਟੀਕਾ ਲੈਂਦੀ ਹੈ ਇੱਕ ਟਾਈਮ ਪਹਾੜੇ ਤੇ ਹੈ ਹਾਂਜੀ ਲੈ ਵੀ ਅੱਛਾ ਅਮਰ ਤੇਰੀ ਕੀ ਕਰਦੇ ਜੇ ਮੰਗ ਵੀਰੇ ਮੋਲ ਆਪਣਾ ਜਿੰਨਾ ਮਰਜ਼ੀ ਕਰੀਏ ਜੇ 50 ਚੋਂ ਮਾਨਤਾਨ ਕਰਾਂ 50 ਦੇ ਵਿੱਚੋਂ ਹਾਂਜੀ ਹਾਂ ਕੀ ਆ ਜਿੰਨੀ ਹੈ ਠੀਕ ਹੈ ਜੀ ਠੀਕ ਹੈ ਬਾਕੀ ਚੌਂਟ ਚਾਣਾ ਵਧੀਆ ਭੂਰ ਕੋ ਛਟਾ ਨਹੀਂ ਨਹੀਂ ਵੀਰੇ ਚੌਂਥ ਨਾ ਚ ਕੁਝ ਚੋਈ ਠੀਕ ਹੈ ਜੀ 48000 ਦੀ 50 ਦੇ ਵਿੱਚੋਂ 2000 ਛੋਟ ਹਾਂਜੀ 48 ਦੀ ਭਰਾਵੋ ਜਿਹੜੀ ਇਹ ਤੁਹਾਨੂੰ ਮੱਝ ਮਿਲ ਜੂਗੀ ਠੀਕ ਆ ਤੋਕੜ ਗੱਬਣਾ ਬਾਕੀ ਕਾਫੀ ਵੀਰਾਂ ਦੀ ਡਿਮਾਂਡ ਆ ਵੀ ਤੋਕੜ ਗੱਬਣ ਪਸ਼ੂ ਖਰੀਦਣ ਦੀ ਤੇ ਗੱਬਣ ਵੀ ਹੈਗੀ ਆ 2.5 ਕੁ ਮਹੀਨੇ ਦਾ ਸਮਾਂ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਦੁੱਧ ਵੀ ਥੱਲੇ ਤੁਹਾਨੂੰ ਨੋਟ ਕਰਾਤਾ ਸੋ ਦੱਸੇਗਾ ਦੁੱਧ ਦੀ ਤੁਸੀਂ ਆਪਦੀ 2 ਟਾਈਮ ਚੋ ਕੇ ਤਸੱਲੀ ਕਰ ਸਕਦੇ ਅੱਗੇ ਅਮਰਤ ਸਿਆ ਆ ਗਈ ਆਪਣੇ ਕੋਲ ਬੈੜ ਵੀਰੇ ਦੂਜਾ ਸੂਆ ਸੁਣੀ ਦੂਜਾ ਸੂਆ ਇਹ ਸੁਣੀ ਆ ਫੇਰ ਕਿੰਨੇ ਕ ਲੈ ਜੂ ਜੀ ਹਫਤਾ ਲੈਂਦੀ ਵੀਰੇ ਬੱਚੀ ਲਓ ਜੀ ਇੱਕ ਹਫਤਾ ਬਾਕੀ ਹੈ ਸੁਣ ਦੇ ਵਿੱਚ ਦੂਜਾ ਸੂਆ ਸੁਣੀ ਆ ਠੀਕ ਆ ਤੇ ਬਾਕੀ ਆ ਵਧੀਆ ਤਿੱਪਣ ਚੌਥਣਾਂ ਦੀ ਵੀਰੇ ਇੱਕੋ ਜੀ ਉਹ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਸੋ ਤਿੱਪਣ ਦੋਸਤੋ ਚੌਥਣਾਂ ਦੀ ਵਧੀਆ ਠੀਕ ਹੈ ਜੀ ਤੇ ਆ ਫੇਸ ਕੁਆਲਿਟੀ ਤੋਂ ਆ ਦੂਜਾ ਸੂਆ ਇਸ ਵੈੜ ਨੇ ਸੁਣਾ ਦਿਨ ਹਜੇ ਲੈ ਜੂਗੀ ਠੀਕ ਹੈ ਜੀ ਦਿਨ ਹਜੇ ਲੈਂਦੀ ਆ ਕੋਈ 10 ਲੈ ਜੇ 8 ਲੈ ਜੇ ਹਫਤਾ ਲੈ ਜੇ ਉਹ ਠੰਡੀ ਆ ਹਾਂ ਲੱਤ ਛੜਾ ਲੈਂਦੇ ਠੀਕ ਹੈ ਜੀ ਲਓ ਵੀ ਦੋਸਤੋ ਸੂਆ ਦੂਜਾ ਠੀਕ ਆ ਹਫਤਾ ਲੈ ਜੇ 8 ਦਿਨ ਲੈ ਜੇ ਆ ਸਮਾਂ ਲੈ ਕੇ ਜਾਊਗੀ ਤੇ ਬਾਕੀ ਚੰਗੀ ਐ ਐਚਐਫ ਕ੍ਰੋਸ ਅੰਗ ਦੇ ਵਿੱਚ ਇਹ ਵੈੜ ਠੀਕ ਆ ਥਣ ਪੂਰੇ ਹੱਥੀ ਜਵਾਈ ਵਾਲੇ ਆ ਨੋਕ ਵਾਲਾ ਥਣ ਠੀਕ ਹੈ ਜੀ ਹਾਂਜੀ ਤੇ ਅੰਮ੍ਰਿਤ ਇਹਦੀ ਕੀ ਕਰਦੇ ਜੇ ਮੰਗ ਵੀਰਾ ਮੁੱਲ ਤੇ ਇਹਦਾ ਵੀ 65 ਕਰਦੇ ਆ ਆ ਦੁੱਧ ਜ਼ਿਆਦਾ ਨਹੀਂ 17-18 ਕਿਲੋ ਭਰੂਗੀ ਝੋਲੀ ਝੋਲੀ ਚੰਗੀ ਵਛੀ ਆ ਚੰਗੀ ਹੈ ਜਿੰਨੀ ਵੀ ਹੈਗੀ ਚੰਗੀ ਆ ਪੂਰੀ ਵਧੀਆ ਦੇਣ ਲੈਂਦੀ ਹੈ ਹਜੇ ਹਨਾ ਹਾਂ ਦੇਣ ਲੈਂਦੀ ਵੀਰੇ 8 ਤੇ ਦੱਸ ਕੇ ਮੁੱਲ ਕੀ ਕਰਦੇ ਫਿਰ ਇਹ ਆਪਾਂ 60 ਦਾ ਵਿੱਚੋਂ 1000 ਛੱਡਦਾ ਤੇ ਕਿੰਨੇ ਚੋਂ 60 ਚੋਂ ਹਾਂਜੀ 1000 ਹਾਂ 59000 ਦੀ ਹਾਂਜੀ ਉਹ ਚੋਂ ਕਰਦਾ ਥੋੜਾ ਬਤਾ ਆ ਗਿਆ ਇਹਦਾ ਮਾਨਤਾ ਠੀਕ ਹੈ ਜੀ ਹਾਂਜੀ ਲੋ ਦੋਸਤੋ 60000 ਦੇ ਵਿੱਚੋਂ 1000 ਮਾਨਤਾ ਨਾਲ 59000 ਦੀ ਇਹ
ਤੁਹਾਨੂੰ ਗਾਈਡ ਮਿਲ ਜੂਗੀ, ਠੀਕ ਆ। ਬਾਕੀ ਆ ਕੇ ਆਪਦੀ ਤਿੱਪ ਕੇ ਤਸੱਲੀ ਤੁਸੀਂ ਕਰਨੀ ਆ। ਵੀਡੀਓ ਕਾਲ ਤੇ ਕੋਈ ਕਰਾਉਂਦਾ ਵੀਰ ਤਸੱਲੀ ਦੂਰ ਨੇੜੇ ਵਾਲਾ, ਉਹ ਵੀ ਤੁਹਾਡੀ ਰਿਸਪੋਨਸਿਬਿਲਟੀ ਹੈ। ਬਾਕੀ ਠੰਡੀ ਧੀਰੀਆ ਸੀਲ ਸਲਾਗ ਪੂਰੀ ਜਿਆਦੀ ਸੀਲ ਆ ਲੈ ਧੱਕੇ ਮਾਰ ਮਾਰ ਪਰਾਂ ਬੰਨੇ ਕਰੀ ਆ। ਲਓ ਜੀ ਠੀਕ ਆ, ਹਜੇ ਬਾਨੀ ਵੀਰ ਝੋਲੀ ਝੋਲੀ ਵੜੀ ਵਸ਼ੀ। ਠੀਕ ਹੈ ਜੀ ਠੀਕ ਹੈ। ਅੱਛਾ ਅੰਮ੍ਰਿਤ ਅੱਗੇ ਆ ਗਈ ਆਪਣੇ ਕੋਲ ਸ਼ਾਹੀਵਾਲ ਦੇ ਵਿੱਚ। ਇਹ ਵੀਰੇ ਤੋਕੜ ਆ ਵਸ਼ੀ, ਆਹ ਕੋਈ ਤੋਕੜ ਮੰਨ ਕੇ ਸੌਦਾ ਕਰੇ ਵਸ਼ੀ ਮਗਰੇ ਦੇ ਸ਼ਾਹੀ ਮਗਰ ਵੀ ਵਸ਼ੀ ਆ। ਹਾਂਜੀ ਹਾਂਜੀ ਮਗਰ ਵੀ ਸ਼ਾਹੀਵਾਲ ਦੀ ਵਸ਼ੀ ਨਾ। ਹਾਂਜੀ ਛੇ ਦੰਦ ਦਾ ਮੂੰਹ ਏ। ਲਓ ਜੀ ਛੇ ਦੰਦ ਵਸ਼ੀ ਆ ਦੋਸਤੋ ਤੋਕੜਾ, ਠੀਕ ਆ ਜੀ। ਅੱਗੇ ਪਾਣੀ ਪੂਣੀ ਤੇ ਨਹੀਂ ਕੀ ਕੋਈ ਵੇਰਵਾ? ਨਹੀਂ ਵੀਰੇ ਅਜੇ। ਠੀਕ ਆ, ਦੁੱਧ ਕਿੰਨਾ ਇਸ ਵਕਤ? ਦੁੱਧ ਵੀਰੇ 6-7 ਕਿਲੋ ਆ ਤੇ ਹੁਣ ਇਹਦੇ ਥੱਲੇ 5 ਕਿਲੋ ਦੁੱਧ ਹੈਗਾ। ਆਪਾਂ ਉੱਥੇ ਇੰਨਾ ਚੋ ਕੇ ਲੈ ਆਏ ਵਸ਼ੀ, ਤੈਨੂੰ ਪਤਾ ਦਿਹਾੜੀ ਨਾ ਕਰ ਜਾਂਦਾ। ਹਾਂ 6 ਕਿਲੋ ਹੁਣ ਮੰਨ ਕੇ ਜਾਂ 5 ਕਿਲੋ ਕੋਈ ਮੰਨ ਕੇ ਸੌਦਾ ਕਰੇ। ਲਓ ਜੀ 5 ਕਿਲੋ ਦੋਸਤੋ ਮੰਨ ਕੇ ਕੋਈ ਭਰਾ ਸੌਦਾ ਕਰ ਲੈ। ਛਿੱਕੀ ਇਹ ਬੈਠ ਆ, ਠੀਕ ਆ ਜੀ। ਆਪ ਸ਼ਾਹੀਵਾਲ ਅੰਗ ਦੇ ਵਿੱਚ ਆ, ਬੰਨ ਪੁੰਨ ਵਾਲੀ ਆ ਤੇ ਮਗਰ ਵੀ ਵੱਛੀ ਤੁਹਾਨੂੰ ਦਿਖਾਵਾਂਗੇ। ਮਗਰ ਵੀ ਵੱਛੀ ਜਿਹੜੀ ਸ਼ਾਹੀਵਾਲ ਅੰਗ ਦੇ ਵਿੱਚ, ਠੀਕ ਆ, ਤੇ ਕੱਦ ਪੂਰਾ ਵੱਡਾ ਵੱਡੇ ਲਓ ਜੀ ਠੀਕ ਹੈ ਜੀ। ਸ਼ਾਹੀਵਾਲ ਦੋਸਤੋ ਇਹ ਵੈਰ ਤੁਹਾਨੂੰ ਦਿਖਾਤੀ ਹੈ ਮੂੰਹੋਂ 6 ਦੰਦ। ਅੰਮ੍ਰਿਤ ਪਹਿਲਾਂ ਸੁਆ ਸੂਈ ਹੋ ਗਈ ਹੈ ਹੁਣ? ਹਾਂਜੀ ਪਹਿ ਲੈਣਾ ਵੀਰੇ, ਛਿੱਗੀ ਆਪਾਂ ਸੀਲ ਬਹੁਤ ਜ਼ਿਆਦੀ ਆ ਤੁਹਾਨੂੰ ਪਤਾ, ਲੇਵਾ ਘੱਟ ਵੀ ਹੁੰਦੀ ਨੇ, ਵਿਖਾਲਾ ਥੋੜਾ ਘੱਟ ਵਿਖਾਉਂਦੀ ਹੈ। ਵੈਸੇ ਦੁੱਧ ਹੈਗਾ 5 ਕਿਲੋ? ਹਾਂਜੀ ਹਾਂਜੀ ਠੀਕ ਹੈ। ਆਹ ਵੱਛੀ ਵਿਖਾ ਲਓ ਜੀ 5 ਕਿਲੋ ਦੁੱਧ, ਕੋਈ ਵੀਰ ਆਪਣੀ ਚੋਗੇ ਤਸੱਲੀ ਕਰ ਲੈ। ਵੱਛੀ ਤੁਹਾਨੂੰ ਦਿਖਾਉਂਦੇ ਆ, ਆਹ ਵੱਛੀ ਹੈ ਠੀਕ ਹੈ ਜੀ। ਮਗਰ ਫੀਮੇਲ ਕਾਫ ਵੇਖੋ ਕਿੱਡੇ ਵਧੀਆ ਨੇ, ਚੰਗੀ ਆ ਕੁਆਲਿਟੀ। ਸ਼ਾਹੀਵਾਲ ਵੈੜਾਂ ਦੇ ਥਣਾਂ ਦੀ ਵੈਸੇ ਬਹੁਤ ਚੰਗੀ ਹੁੰਦੀ ਆ। ਆਹ ਵੇਖੋ ਤੇ ਹੁਣ ਤੋਂ ਤੁਸੀਂ ਵੇਖੋ ਦੋਸਤੋ ਵੱਛੀ ਦਾ ਥਣ, ਠੀਕ ਆ, ਕਿੱਡਾ ਵਧੀਆ ਸੋਹਣਾ ਥਣ ਲੱਗਾ। ਠੀਕ ਹੈ ਜੀ ਠੀਕ ਹੈ। ਤੇ ਦੋਵੇਂ ਮਿਲਦੀ ਬੱਚੇ ਦੇ ਹੀ ਫਿਰ? ਬੱਚੇ ਦੇ, ਬੱਚੇ ਦੇ। ਤੇ ਸ਼ਾਹੀਵਾਲ ਦਾ ਫਿਰ ਕੀ ਕਰਤਾ ਜੀ ਮੁੱਲ? ਮੇਰੇ ਮੁੱਲ ਤੇ ਤੈਨੂੰ ਪਤਾ ਜੇ ਸੱਜਰ ਹੁੰਦੀ ਜਿੱਧਰ ਨੂੰ ਮਰਜ਼ੀ ਵੇਚ ਲਾ। ਹਾਂ ਹੁਣ ਮੁੱਲ ਇਹਦਾ 30 ਕਰ ਲਈਏ, 27 ਕਰ ਲਈਏ, 28 ਕਰ ਲਈਏ, 25 ਚ ਮਾਨਦਾਨ ਕਰਾਂ। 25,000 ਚ ਮਾਨਦਾਨ, ਠੀਕ ਹੈ ਜੀ। ਲਓ ਜੀ 25,000 ਦੇ ਵਿੱਚੋਂ ਦੋਸਤੋ ਮਾਨਦਾਨ ਹੋ ਜਾਊਗਾ। ਬਾਕੀ ਵੈੜ ਪੂਰੇ ਵੱਡੇ ਕੱਦ ਦੀ ਆ, ਸੋ ਜਿਹੜਾ ਕੋਈ ਵੀਰ ਸ਼ੌਂਕੀ ਆ, ਠੀਕ ਆ ਜੀ, ਇਸ ਵੀਰ ਦੀ ਨਸਲ ਹੈਗਾ ਇਹ ਵੀਰੇ। ਉਦਾਂ ਤੁਹਾਨੂੰ ਦੱਸਿਆ ਹੁਣ 5 ਕਿਲੋ ਜਿਹੜਾ ਚੋਇਆ ਨਿਕਲਾਉਣਾ, ਨਹੀਂ ਆਪਾਂ ਜਿਹੜਾ ਇੱਥੇ ਚਵਾ ਦੇਣਾ ਹਨਾ, ਉਹ 5 ਕਿਲੋ ਆ। ਹਾਂ ਹਾਂ ਠੀਕ ਆ। ਸੋ ਮੌਕੇ ਤੇ ਜਿਹੜਾ ਦੋਸਤੋ ਹੁਣ 5 ਕਿਲੋ ਦੁੱਧ, ਠੀਕ ਆ, ਤੇ ਬਾਕੀ ਵੱਛੀ ਹੈ ਖਰੀ ਆ, ਪੂਰੀ ਸਾਫ਼ ਸੁਥਰੀ ਆ, ਕੱਦ ਕੁੱਦ ਵੱਡਾ, ਇਹ ਤੁਸੀਂ ਬਿਲਕੁਲ ਆਈਡੀਆ ਰੱਖ ਕੇ ਆਇਓ, ਠੀਕ ਆ ਜੀ। ਲੰਬਾ ਧੁੰਨ ਬੰਨ ਬੁੰਨ ਉਸੇ ਤਰ੍ਹਾਂ ਹੈਗਾ, ਠੀਕ ਆ ਜੀ। ਤੇ ਨਸਲ ਬਰੀਡ ਦੇ ਵਿੱਚ ਇਹ ਸ਼ਾਹੀਵਾਲ 6 ਦੰਦ, ਠੀਕ ਆ ਜੀ, ਤੇ 25,000 ਦੀ ਡਿਮਾਂਡ ਆ, ਵਿੱਚ ਥੋੜਾ ਬਹੁਤਾ ਕੋਈ ਮੌਕੇ ਤੇ ਮਾਨਤ ਹੋ ਜਾਊਗਾ। ਤੇ ਅੱਗੇ ਆ ਜੀ ਡੱਬੀ ਆ ਗਈ ਵੱਛੀ, ਇਹ ਦੂਜਾ ਸੂਆ ਵੀਰੇ, ਸੁਣੀ ਆ ਦੂਜਾ ਸੂਆ, ਤੇ ਕਿਵੇਂ ਆ ਮੂੰਹ ਦੰਦੀ? ਇਹ ਵੀ ਛਿੱਗੀ ਆ ਵੀਰੇ, ਛਿੱਗੀ ਆ। ਹਾਂਜੀ ਠੀਕ ਆ। ਤੇ ਅੰਮ੍ਰਿਤ ਲੈਂਦੀ ਆ ਦਿਨ ਹਜੇ 10 ਤੋਂ 15 ਲੈ ਜੀ? ਹਾਂ ਹਾਂ ਇੰਨੇ ਕੁ ਲੈ, ਤੇ ਜ਼ਿਆਦਾ ਖੜਦੀ ਆ ਵੀਰੇ? 10-15 ਦਿਨ ਤੇ ਲੈ ਜੂ ਆਰਾਮ ਨਾਲ। ਲਓ ਜੀ ਲਓ ਦੋਸਤੋ 10-15 ਕੁ ਦਿਨ ਸਮਾਂ ਲੈ ਜੂਗੀ, ਦੂਜਾ ਸੂਆ ਮੂੰਹੋਂ ਛਿੱਗੀ ਆ, ਠੀਕ ਆ ਜੀ। ਕੱਦ ਘੱਟਦੀ ਇਹ ਵੀ ਬੈਡ, ਚੰਗੇ ਵੱਡੇ ਕੱਦ ਘੱਟ ਦੇ ਵਿੱਚ ਆ, ਠੀਕ ਆ ਜੀ। HF ਬਰੀਡ ਦੇ ਵਿੱਚ ਡੱਬੀ ਵਸ਼ੀ, ਧੀਰੀ ਬਹੁਤ ਜ਼ਿਆਦੀ ਹੈ। ਬਾਕੀ ਦੇੜੀ ਦੇਣ ਲੈਂਦੀ ਆ, ਬਾਕੀ ਹੈ ਵੱਡੀ ਆ ਪੂਰੀ ਪੂਰੀ ਕੱਦ ਢਾਂਚਾ ਢੂੰਚਾ ਬੜਾ ਵਸ਼ੀ ਦਾ। ਇਹ ਪਹਿਲਾਂ ਨਾ ਕਿ ਦੂਜੇ ਅੰਮ੍ਰਿਤ? ਦੂਜਾ ਵੀਰੇ, ਦੂਜਾ ਸੂਆ ਵੇਖਣ ਨੂੰ ਚੱਡੇ ਚੁੱਡੇ ਤੋਂ ਪਹਿਲਾਂ ਲੱਗਦੀ ਹੈ ਨਾ? ਹਾਂਜੀ ਹਾਂਜੀ ਦੂਜਾ ਸੂਆ, ਠੀਕ ਹੈ ਜੀ। ਸੋ ਹਾਈਟ ਦੀ ਜਿਹੜੀ ਦੋਸਤੋ ਵੱਡੀ ਆ, ਵੇਲ ਵੂਲ ਸਪੈਸ਼ਲ, 6 ਦੰਦ ਵੱਛੀ ਆ, ਦੂਜਾ ਸੂਆ ਸੈਕਿੰਡ ਟੈਂਪਰ। ਸੀਲ ਸਲੱਗ ਬਹੁਤ ਜ਼ਿਆਦਾ ਵੱਛੀ,
ਭਾਈ ਇਹ ਲਾਏ ਹੈ ਨਾ, ਹਾਂਜੀ ਹਾਂਜੀ ਲਾਏ ਪੈ ਚੁੱਕੀ ਹੈ, ਬਾਕੀ 10 ਤੋਂ 15 ਦਿਨਾਂ ਦੇ ਦੌਰਾਨ ਸੁੱਕੂਗੀ। ਤੇ ਇਹਦਾ ਮੁੱਲ ਅੰਮ੍ਰਿਤ ਕੀ ਕਰਦੇ ਆ ਮੰਗਦੀ ਵੀਰ? ਇਹਦਾ ਮੁੱਲ ਵੀ ਆਪਾਂ 70,000 ਰੁਪਇਆ ਕਰਦੇ, 65,000 ਦੇ ਦਾਂਗੇ, 65,000 ਦੀ ਉਹਦੇ ਚੋਂ ਕਰਦਾ ਮਾਨਤਾ। ਠੀਕ ਹੈ ਜੀ, ਹਾਂਜੀ ਲਓ ਜੀ 65,000 ਦੇ ਵਿੱਚੋਂ ਮਾਨਤਾਨ, 65,000 ਦੇ ਵਿੱਚ ਛੋਟ ਛਿਪ ਆਜੂਗਾ। ਵੈਡ ਦੋਸਤੋ, ਜਿਹੜਾ ਕੋਈ ਵੀਰ ਅੱਗੇ ਡੱਬੀ HF ਬ੍ਰੇਡ ਦੀ ਵੈਡ ਖਰੀਦਣ ਦਾ ਚਾਹ ਵਾਣਾ ਸਟੇਟ ਪਟਾ, ਠੀਕ ਹੈ ਜੀ, ਤੁਸੀਂ ਜ਼ਰੂਰ ਹੱਥ ਪਾ ਸਕਦੇ ਜੀ, ਛੋਟ ਛਿਪਾ ਮੌਕੇ 'ਤੇ ਹੋਜੂਗਾ। ਅੱਗੇ ਆਪਣੇ ਕੋਲ ਜਿਹੜੀ ਆ HF ਕਰੋਸ ਆ ਗਈ ਹੈ ਜੀ, ਇਹ ਦੂਜਾ ਸੂਆ ਵੀਰੇ, ਵੈਡ ਦੂਜਾ ਸੂਆ। ਇਹ ਅੰਮ੍ਰਿਤ ਕਿੰਨੇ ਕੁ ਦਿਨਾਂ ਦੀ ਸੂਈ ਹੈ ਇਹਨੂੰ ਵੀਰੇ? ਇਹ ਤੀਜਾ ਦਿਨਾਂ ਸੂਈ ਨੂੰ। ਤਿੰਨਾਂ ਕੁ ਦਿਨਾਂ ਦੀ ਆ, ਮਗਰ ਬੱਚਾ ਇਹਦੇ ਬੱਚਾ ਵੀਰੇ ਆਵੇ ਆ ਮਗਰਾੜਾ। ਹਾਂਜੀ ਹਾਂਜੀ ਠੀਕ ਹੈ ਜੀ। ਲਓ ਵੀ ਦੋਸਤੋ ਲਾਸਟ ਵਿੱਚ ਜਿਹੜੀ ਇਹ ਵੈਡ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਰੋਸ ਅੰਗ ਦੇ ਵਿੱਚ, ਮਗਰ ਬੱਛਾ ਆ ਬੱਚਾ ਜੀ, ਠੀਕ ਆ ਲੈ ਆਓ ਜੀ। ਬੋਲਾ ਬੁਲਾ ਕਿੰਨਾ ਕੁ ਅੰਮ੍ਰਿਤ ਹੋਣੇ ਚਾਹੀਦੇ ਥੱਲੇ ਵੀਰੇ? ਹੈਗਾ 10,000 ਕਿਲੋ ਬੋਲਾ ਹੀ ਆ ਇਹ। ਠੀਕ ਆ ਜੀ, ਅਜੇ ਅੱਧਾ ਚੋਇਆ ਸਾਫ ਨਹੀਂ ਕੀਤੀ ਆਪਾਂ। ਠੀਕ ਹੈ ਠੀਕ ਹੈ, ਹਾਂ ਅੱਜ ਸਾਫ ਕਰਾਂਗੇ ਤੇ ਫਿਰ ਪਤਾ ਲੱਗੂ। ਦੋਸਤੋ ਅੱਜ ਤੀਜੇ ਦਿਨ ਦੇ ਵਿੱਚ ਆ 10-11 ਕਿਲੋ ਜਿਹੜਾ ਬੋਲਾ ਉਹ ਹਾਜ਼ਰ ਆ, ਠੀਕ ਆ ਜੀ। ਸੋ ਬੋਲੇ ਤੇ ਆਪਾਂ ਬੋਲਾ ਦਾ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ, ਠੀਕ ਹੈ ਜੀ। ਦੁੱਧ ਚਵਾਦੂ ਕਰਮ ਵਾਲੀ ਥਣ ਚੱਡੇ ਦੀ ਪੂਰੀ ਖਬਰਦਾਰ ਆ। 20 ਕਿਲੋ ਤੋਂ ਵੀਰੇ ਚਵਾਊਗੀ ਨੋਰਮਲ, ਜਿੰਨਾ ਲੇਵਾ ਲੂਵੇ ਇਹਦੀ ਸੋਹਣੀ ਆ ਨਾ ਗਾ, ਲੇਵਾ ਆਪੇ ਲੇਵੇ ਨੇ ਕੱਢਣਾ ਦੋ ਤੇ ਤੁਹਾਨੂੰ। ਬਾਕੀ ਹੈ ਸਾਫ ਸੁਥਰੀ ਹੈ ਪੂਰੀ, ਚੋਣ ਚਾਣ ਚੰਗੀ ਨਿਕਲੀ? ਬਹੁਤ ਜ਼ਿਆਦਾ ਚੰਗੀ ਵੀਰੇ। ਠੀਕ ਹੈ ਲਓ ਜੀ, ਠੀਕ ਹੈ ਜੀ, ਇੱਕ ਵਾਰੀ ਥੋੜ੍ਹਾ ਨੇੜਿਓ ਤੁਹਾਨੂੰ ਦਿਖਾ ਦਈਏ ਥਣ ਲੇਵਾ, ਆਹ ਦੇਖੋ ਜੀ, ਠੀਕ ਹੈ। ਸੋ ਤਿੰਨਾਂ ਕੁ ਦਿਨਾਂ ਦੀ ਸੂਈ ਹੈ ਸੂਆ ਦੂਜਾ, ਠੀਕ ਹੈ ਜੀ। ਹਾਈਟ ਮੀਡੀਅਮ ਦੇ ਵਿੱਚ ਆ, ਬਾਕੀ ਰੰਗ ਪ੍ਰਿੰਟ ਕਾਫੀ ਸੋਹਣਾ, ਠੀਕ ਹੈ ਜੀ। ਪਲੀ ਸਭੀ ਪੂਰੀ ਆ, ਬਾਕੀ ਸੂ ਸੁਆ ਦੇ ਵਿੱਚ ਪਸ਼ੂ ਆ ਜਾਂਦਾ ਦੁੱਧ ਜਦੋਂ ਦੋਸਤੋ ਕੋਈ 2-4 ਦਿਨ ਦਾ ਸਮਾਂ ਹੋਇਆ ਹੋਵੇ। ਫਿਲਹਾਲ ਕੋਈ 11 ਲੀਟਰ ਜਿਹੜਾ ਹੁਣ ਬੋਲਾ ਇਹਦੇ ਥੱਲੇ ਹਾਜ਼ਰ ਆ। ਤੇ ਅਮਰਤ ਇਹਦਾ ਫਿਰ ਲੈਣ ਦੇਣ ਕੀ ਕਰਦੇ ਪਏ ਜੀ? ਵੀਰੇ ਲੈਣ ਦੇਣ ਦਾ ਮੁੱਲ ਤੇ 80-85 ਕਰੀ ਜਾਈਏ, 75,000 ਚ ਮਾਨਤਾਨ ਕਰਾਂ। 75,000 ਚ? ਹਾਂਜੀ। ਮਾਨਤਾਨ ਕਿੰਨਾ ਕੁ ਹੋਊਗਾ? ਕਰਦਾਂਗੇ ਵੀਰੇ, ਕੋਈ ਵੀਰ ਆਵੇ ਖੁੱਲਾ ਡੁੱਲਾ। ਹਾਂਜੀ ਚਲੋ ਵੀ, ਦੋਸਤੋ 75,000 ਦੇ ਵਿੱਚੋਂ ਮਾਨਤਾਨ ਹੋ ਜਾਊਗਾ, ਠੀਕ ਆ। ਸੋ ਵੈਡ ਚੰਗੀ ਹੈ, ਬਾਕੀ ਕੋਈ ਤੁਹਾਨੂੰ ਦੁੱਧ ਦਾ ਆਈਡੀਆ ਦੱਸ ਹੀ ਦਿੱਤਾ, ਕੋਈ 20 ਕੁ ਲੀਟਰ ਚੰਗੀ ਸੇਵਾ ਤੇ ਜਾਂ 20 ਤੋਂ ਬਾਹਰ ਵੀ ਤੁਸੀਂ ਚੰਗੀ ਸੇਵਾ ਤੇ ਚੋ ਸਕਦੇ ਜੀ। ਇਹ ਆਪਾਂ ਤੁਹਾਨੂੰ ਲਾਸਟ ਵਿੱਚ ਬਣਾਏ ਸੇਵਾ ਨਾ ਦੁੱਧ ਤੇ ਤੁਹਾਨੂੰ ਕਹਿ ਦਈਏ ਆਪਾਂ ਨਾ। ਹਾਂ ਬਿਲਕੁਲ ਜੀ ਬਿਲਕੁਲ, ਲੇਵੇ ਨੇ ਦੱਸਣਾ ਦੁੱਧ ਲੇਵਾ ਵੇਖੋ ਕਿੰਨਾ ਵੈਡ ਕੋ। ਹਾਂ ਸਹੀ ਹੈ ਜੀ। ਉਹ ਦੱਸੋ ਜਿਹੜੇ ਅੱਜ ਟੋਟਲ 6 ਨਗ ਸੀਗੇ, 4 ਵੈੜਾ ਇਧਰੋਂ ਤੁਹਾਨੂੰ ਆਪਾਂ ਦਿਖਾ ਦਿੱਤੀਆਂ, 2 ਬਿਲਕੁਲ ਟੁੱਕੀਆਂ ਨੇ, ਅੱਗੇ ਤਿਆਰੀ ਤੇ ਆ ਕੋਈ 8-10 ਦਿਨਾਂ ਦੀ ਜਾਂ 10-12-15 ਦਿਨਾਂ ਤੱਕ ਜਿਹੜੀਆਂ ਇਹ ਵੈੜਾ ਸੁਣਦੀਆਂ ਨੇ। ਤੇ 2 ਜਿਹੜੀਆਂ ਸੂਈਆਂ ਸੁਈਆਂ ਦਿਖਾਤੀਆਂ, ਇੱਕ ਤੋਕੜ ਦੇ ਵਿੱਚ ਸ਼ਾਹੀਵਾਲ ਦਿਖਾਤੀ ਆ, ਠੀਕ ਹੈ ਜੀ, ਤੇ ਇੱਕ ਬਿਲਕੁਲ ਤਾਜ਼ੀ ਸੂਈ ਸੁਆਈ ਵੈੜ ਤੁਹਾਨੂੰ ਲਾਸਟ ਵਿੱਚ ਆਪਾਂ ਦਿਖਾਤੀ ਆ। ਸੋ ਰੇਟ ਪਰ ਤਾਂ ਇਕੱਲੇ ਇਕੱਲੇ ਪਸ਼ੂ ਦਾ ਆਪਾਂ ਤੁਹਾਡੇ ਨਾਲ ਸਾਂਝਾ ਕਰਤਾ, ਬਾਕੀ ਤੁਹਾਡਾ ਵੀ ਫਰਜ਼ ਬਣਦਾ ਇੱਥੇ ਆਣ ਕੇ ਆਪਣੀ 1-2 ਟਾਈਮ ਚੋ ਕੇ ਤਸੱਲੀ ਜ਼ਰੂਰ ਕਰੋ। ਕੋਈ ਦੂਰ ਨੇੜੇ ਨਹੀਂ ਆ ਸਕਦਾ, ਵੀਡੀਓ ਕਾਲ ਤੇ ਆਪਣੀ ਤਸੱਲੀ ਕਰ ਲਓ, ਠੀਕ ਆ ਜੀ। ਬਾਕੀ ਜੋ ਕੋਈ ਵੀਰ ਆਨਲਾਈਨ ਸੌਦਾ ਕਰਦਾ ਜੋ ਤੁਹਾਨੂੰ ਦੱਸਿਆ ਗਿਆ ਉਸ ਵਿਖਾਵ ਤੇ ਵੀ ਜਿਹੜੀ ਤੁਸੀਂ ਗੱਲਬਾਤ ਕਰ ਸਕਦੇ ਜੇ, ਨੰਬਰ ਸਕਰੀਨ ਦੇ ਉੱਤੇ ਚੱਲਦੇ ਰਹਿਣਗੇ, ਨੰਬਰਾਂ ਤੇ ਤੁਸੀਂ ਕਾਲ ਕਰ ਲਿਓ। ਤੇ ਅੰਮ੍ਰਿਤ ਬੋਲ ਦਈਏ ਨੰਬਰ, ਨੰਬਰ ਵੀਰੇ ਆਪਾਂ 84,464,50,87,82,24,29, ਠੀਕ ਹੈ ਜੀ। ਹਾਂਜੀ ਹਾਂਜੀ ਠੀਕ ਠਾਕ। ਹੋਰ ਕੋਈ ਗੱਲਬਾਤ? ਬਸ ਵੀਰੇ ਕੋਈ ਵੀਰ ਆਨਲਾਈਨ ਸੌਦਾ ਕਰੋ ਉਹਦੀ ਫੁੱਲ ਗਰੰਟੀ ਹੋਈ, ਜਿਹੜਾ ਇੱਥੇ ਚੋ ਗਿਆ ਉਹਦੀ ਕੋਈ ਗਰੰਟੀ ਨਹੀਂ ਨਾ ਵੀਰ। ਹਾਂਜੀ ਲਓ ਜੀ, ਲਓ ਦੱਸੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇਹ ਨਗ ਤੁਹਾਨੂੰ ਦਿਖਾਉਣੇ ਸੀਗੇ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।